हाँ जी दोस्तों, इस वक्त आप पिंड खड़े हैं अखाड़ा बाई जोत दे कोले। ते ट्रैक्टर, मॉडिफाइड ट्रैक्टर एक लैके आए थोड़े लिए। ये खासियत बहुत आ। सब तो पहली जो गल करिए कि 745 आ, क्योंकि ज़्यादातर जिन्हें भी आ तुसी सोनालिका देखे होंगे, 50 दे या 60 दे मॉडिफाई देखे होंगे। उस तो बाद कंप्रैशर ला के आप हॉर्ना वास्ते यूज़ कर लेने, पर बाई ने कंप्रैशर ला के टेंकी ला के ते हवा का काम बहुत वधिया लिया भी, ट्रैक्टर की सफाई करने वास्ते भी, टायरों के हवा भरने वास्ते भी, जां घर दे विच कोई भी होर साधन उहदे विच भी आपां हवा इसे तो भर सकते हैं। तो बाई नाल गलबात करते हैं भी ट्रैक्टर का मॉडल पुछते हैं, कितना टाइम हो गया मॉडिफाई किए नूं, ते की होर ये चेंज किया, क्योंकि ये काफ़ी चीज़ा लगाईया गई, टर्बो वगैरह भी लगाया गया वो किवें फिट किया गया वा, तो कितना खर्चा आया बई। सत श्रीकाल जी। सत श्रीकाल वीरे। बई किहड़ा मॉडल ट्रैक्टर है जी? 2015 मॉडल आ वीरे अपना। अच्छा जी, ते कितना टाइम हो गया बई आपां नूं ये मॉडिफाई किए? बस 2015 तो लैके हुण तक हजे तक करी जाने वीरे, हजे कंप्लीट होया नहीं गा। अच्छा, भी नवा लिया के उदों शुरू कर दिता सी? हाँ जी हाँ जी वीरे, हौली हौली करी जाने। अच्छा जी। हाँ जी हाँ जी ठीक है। तो उदों तो लैके तुसीं हुण की इहदे विच चेंज किया, जिहड़ा वैसे ओरिजिनल ट्रैक्टर ते जिहड़ा तुहाडा मॉडिफाइड ट्रैक्टर, उहदे विच की कितना फर्क पाता तुसीं? फर्क वीरे जणी जे तुसीं ला लो वी जणी मॉडिफिकेशन तां तुहानूं उपर दिस ही जांदी आ, ते जानी आपां जिहड़ा विचों इंजन चों कीता, इक तां पंप दी सैटिंग कीती आ, ते इक जानी आपां टर्बो लगाई यारे, ते बाकी ਤਾਂ ਨੋਰਮਲ ਹੀ ਆ ਸਾਰਾ। ਬਿਲਕੁਲ, ਕਿਉਂਕਿ ਜ਼ਿਆਦਾਤਰ ਤਾਂ ਕਹਿ ਦਿੰਦੇ ਯਾਰ ਟਾਇਰ ਵੱਡੇ ਪਾ ਲਏ, ਹੈ ਨਾ, ਸਾਇਲੈਂਸਰ ਲਗਾ ਲਿਆ ਸਿਸਟਮ, ਅਤੇ ਛਤਰੀ ਲਗਾ ਦਿੱਤੀ ਅਤੇ ਮੋਡੀਫਾਈ ਹੋ ਗਿਆ, ਇੱਕ ਬੰਪਰ ਲਗਾ ਦਿੱਤਾ, ਹੈ ਨਾ। ਪਰ ਚੀਜ਼ ਹੁੰਦੀ ਹੈ ਵੀ ਜਿਹਦੇ ਤੋਂ ਆਪਾਂ ਕੁਛ ਕੰਮ ਵੀ ਲੈ ਸਕੀਏ, ਜਿਵੇਂ ਤੁਸੀਂ ਆ ਹੋਰਨਾਂ ਵਾਲੀ ਟੈਂਕੀ ਲਗਾਈ ਆ, ਹੈ ਨਾ, ਕੰਪਰੈਸ਼ਰ ਲਗਾਇਆ, ਇਹਦੇ ਤੋਂ ਤੁਸੀਂ ਕੰਮ ਲੈ ਸਕਦੇ ਹੋ। ਹਾਂਜੀ ਵੀਰੇ, ਕਿਉਂਕਿ ਹੁਣ ਤੁਹਾਨੂੰ ਅਜੇ ਤੁਸੀਂ ਇਹਨੂੰ ਮਸ਼ੀਨ 'ਤੇ ਵੀ ਲਾਉਣੇ, ਤੂੜੀ ਵਾਲੀ 'ਤੇ ਵੀ ਲਾਉਣੇ ਆ, ਤਾਂ ਤੁਹਾਨੂੰ ਹਵਾ ਮਾਰਨ ਲੈ ਕੇ ਜਾਣ ਦੀ ਲੋੜ ਨਹੀਂ ਕਿਤੇ। ਨਹੀਂ, ਆਪਣੇ ਹੈਗੀ ਤੂੜੀ ਵਾਲੀ ਮਸ਼ੀਨ ਵੀਰੇ, ਜਿਵੇਂ ਗੇੜੇ ਗੂੜੇ ਲਾਉਂਦਾ, ਚਾਹੇ ਇਹ ਟਰੈਕਟਰ ਚੱਲਦਾ ਤੂੜੀ ਵਾਲੀ, ਤਾਂ ਫਿਰ ਆਪਾਂ ਨਾਲ ਹੀ ਰੇਡੀਏਟਰ 'ਚ ਹਵਾ ਮਾਰ ਦਈ ਦੀ ਆ, ਜਾਲੀ ਚੜ ਕੇ। ਹਾਂ ਵੀ ਉਦੋਂ ਮੌਕੇ 'ਤੇ ਕੰਮ ਲੈ ਲੈਂਦੇ। ਮੌਕੇ 'ਤੇ ਹਾਂਜੀ ਕੰਮ ਲਿਆ ਜਾਂਦਾ ਵਾ। ਹਾਂਜੀ, ਕਿਉਂਕਿ ਇਹ ਫਾਇਦਾ ਤਾਂ ਹੀ ਆ ਕਿਉਂਕਿ ਟੈਂਕੀ ਦਾ ਖਰਚਾ ਆ ਗਿਆ ਤੁਹਾਡਾ। ਖਰਚਾ ਆਇਆ ਹੀ ਹੋਇਆ ਵਾ, ਆਹ ਇੱਥੇ ਆਪਣੇ ਪਾਈਪਾਂ ਲੱਗੀਆਂ ਹੋਈਆਂ ਸੀਗੀਆਂ ਵੀਰੇ, ਅਤੇ ਨਾਲ ਆਪਾਂ ਫਿਰ ਦਿਮਾਗ ਲਾਇਆ, ਮੈਂ ਕਿਹਾ ਚੱਲ ਪਾਈਪਾਂ ਵੀ ਲਾ ਹੀ ਦਿੰਦੇ ਹਾਂ। ਠੀਕ ਹੈ। ਹਾਂਜੀ ਹਾਂਜੀ। ਅਤੇ ਇਸ ਟਰੈਕਟਰ ਤੋਂ ਬਈ ਕੰਮ ਕਿੰਨਾ ਕੁ ਲੈਂਦੇ ਆਪਾਂ? ਕੰਮ ਸਾਰਾ ਹੀ ਲੈਂਦੇ ਹਾਂ ਵੀਰੇ, ਬਸ ਕੱਦੂ ਨਹੀਂ ਕਰਦੇ ਇਹਦੇ ਨਾਲ, ਅਤੇ ਬਸ ਆਲੂ ਨਹੀਂ ਬੀਜਦਾ, ਅਤੇ ਪੱਟ ਦਾ ਬਾਕੀ ਜਾਣੀ ਸਾਰਾ ਕੰਮ ਵਾਹ ਵਾਹੀ ਵਾਲਾ, ਆਪਾਂ ਸਾਰਾ ਕੰਮ ਲਈਦਾ ਵਾ ਇਹ ਤੋਂ। ਠੀਕ ਹੈ ਜੀ। ਹਾਂਜੀ, ਅਤੇ ਬਾਕੀ ਜਿਵੇਂ ਦੋਸਤੋ ਸ਼ੌਂਕ ਦੀ ਜੇ ਗੱਲ ਕਰੀਏ, ਸ਼ੌਂਕ ਹਰੇਕ ਬੰਦੇ ਦਾ ਅਲੱਗ ਅਲੱਗ ਹੁੰਦੇ ਆ, ਜੇ ਸ਼ੌਂਕ ਦੇ ਨਾਲ ਨਾਲ ਆਪਾਂ ਉਸ ਚੀਜ਼ ਤੋਂ ਕੰਮ ਵੀ ਲੈਂਦੇ ਹਾਂ, ਅਤੇ ਆਪਾਂ ਉਸ ਚੀਜ਼ ਦਾ ਸ਼ੌਂਕ ਵੀ ਰੱਖਦੇ ਹਾਂ, ਜਿਵੇਂ ਕਿ ਬਾਈ ਨੇ ਸ਼ੌਂਕ ਨਾਲ ਟਰੈਕਟਰ ਤਿਆਰ ਕੀਤਾ, ਅਤੇ ਕਾਫੀ ਵੀਰ ਇਹ ਵੀ ਕਹਿੰਦੇ ਆ ਯਾਰ ਵੀ ਮੋਡੀਫਾਈ ਕਰਨ ਦਾ ਕੀ ਫਾਇਦਾ, ਪਰ ਜਿਹੜੀ ਚੀਜ਼ ਨਾਲ ਆਪਣਾ ਲਗਾਵ ਆ, ਜਿਹੜੀ ਚੀਜ਼ ਤੋਂ ਆਪਾਂ ਕੰਮ ਲੈਂਦੇ, ਜੇ ਉਹਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਸ਼ੌਂਕੀਆ ਤੌਰ 'ਤੇ ਰੱਖਾਂਗੇ, ਤਾਂ ਉਹਦੇ ਨਾਲ ਥੋੜ੍ਹਾ ਚਲਾਉਣ 'ਚ ਵੀ ਸਵਾਦ ਜ਼ਿਆਦਾ ਆਉਂਦਾ, ਕਿਉਂ ਬਈ ਇਹ ਗੱਲ ਸਹੀ ਹੈ? ਹਾਂਜੀ ਸਹੀ ਗੱਲ ਹੈ ਵੀਰੇ, ਹੁਣ ਆਪਣੇ 4-5 ਟਰੈਕਟਰ ਆ, ਮੈਂ ਇਹੀ ਚਲਾਉਂਦਾ ਵਾਂ, ਹੋਰ ਆਪਾਂ ਕਿਸੇ ਨੂੰ ਚਲਾਉਣ ਵੀ ਨਹੀਂ ਦਈਦਾ, ਐਂ ਅਵੇਂ ਬੰਦੇ ਦਾ ਕੀ ਪਤਾ ਵੀਰੇ ਨੁਕਸਾਨ ਕਰਕੇ ਉਹਦੀ ਦੱਸਣਾ ਵੀ ਹੋ ਗਿਆ। ਬਿਲਕੁਲ, ਹਾਂਜੀ ਹਾਂਜੀ। ਅਤੇ ਇਹ ਤੋਂ ਫਿਰ ਕੰਮ ਜਿੰਨਾ ਲੈਂਦੇ ਆ ਬਾਈ ਤੁਸੀਂ, ਇੰਝ ਹੀ ਲੈਂਦੇ ਆ? ਹਾਂਜੀ, ਜਿਵੇਂ ਖੜਾ ਵੀਰੇ, ਬਸ ਆਈ ਕੋਈ ਸਮਾਨ ਲਾਉਣਾ ਨਹੀਂ ਗਾ, ਕੋਈ ਕੁਛ ਨਹੀਂ, ਬਸ ਜਿਵੇਂ ਤੁਹਾਡੇ ਸਾਹਮਣੇ ਆ ਆਈ ਆਪਾਂ ਸਾਰਾ ਕੰਮ ਲੈਣਾ ਇਹ ਤੋਂ। ਠੀਕ ਹੈ ਜੀ। ਅਤੇ ਇਸ ਦਾ ਆਪਾਂ ਜੇ ਆਪਾਂ ਸਭ ਤੋਂ ਪਹਿਲਾਂ ਇੱਧਰ ਖਰਚੇ ਦੀ ਗੱਲ ਕਰੀਏ ਵੀ ਆ, ਜਿਵੇਂ ਤੁਸੀਂ ਟੈਂਕੀ ਲਗਾਈ ਆ, ਹੈ ਨਾ, ਕਿਉਂਕਿ ਇਹ ਤਾਂ ਕੋਈ ਵੀ ਵੀਰ ਲਗਵਾ ਸਕਦਾ ਵਾ, ਕਿਉਂਕਿ ਆਮ ਟਰੈਕਟਰ ਤੇ ਵੀ ਲਗਵਾ ਸਕਦੇ ਆ ਆਪਾਂ, ਕੰਪਰੈਸ਼ਰ ਲਗਾਉਣਾ ਤੇ ਟੈਂਕੀ ਲਾਉਣੀ। ਬਹੁਤ ਜਾਣਾਂ ਦੇ ਲਗਾਈਆਂ, ਸਾਰਿਆਂ ਦੀ ਤਕਰੀਬਨ, ਹੁਣ ਤਾਂ ਜਿਹੜੇ ਮੋਡੀਫਾਈ ਕੀਤੇ ਆ ਸਾਰਿਆਂ ਦੇ ਲਹੋਈਆਂ ਹੀ ਹੋਈਆਂ। ਹਾਂਜੀ, ਜਿਹੜੇ ਬੰਦੇ ਵੈਸੇ ਕੰਮ ਲੈਂਦੇ ਆ, ਤੇ ਉਹਨਾਂ ਲਈ ਮੈਂ ਆ ਚੀਜ਼ ਤੇਰੀ ਦੇਖ ਕੇ ਨਾ ਮੈਨੂੰ ਬੜਾ ਵਧੀਆ ਲੱਗਾ, ਮੈਂ ਤਾਂ ਹੀ ਆਪਾਂ ਪਹਿਲਾਂ ਬਾਹਰ ਕੱਢ ਕੇ ਰੱਖ ਦਿੱਤੇ ਵੀ ਇਹ ਟੈਂਕੀ ਤੇ ਕੰਪਰੈਸ਼ਰ ਤੇ ਕਿੰਨਾ ਕੁ ਖਰਚਾ ਆ ਜਾਂਦਾ ਹੋਊਗਾ? ਕੰਪਰੈਸ਼ਰ ਵੀ ਮੈਂ 12,000 ਦਾ ਲਵਾਇਆ ਸੀ ਨਵਾਂ। ਅੱਛਾ ਜੀ, ਬਿਲਕੁਲ ਨਵਾਂ, ਇਹ ਆਪਣੇ ਟਰੈਵਲ ਦਾ ਵਾ, ਜਿਹੜਾ ਟੈਂਪੂ ਟਰੈਵਲ ਹੁੰਦੀ ਆ ਵੱਡੀ ਉਹਦਾ। ਹਾਂਜੀ, ਹਵਾ ਉਹ ਵੱਧ ਜਾਣੀ ਜਲਦੀ ਭਰ ਦਿੰਦਾ, ਵੱਡਾ ਹੁੰਦਾ ਕੰਪਰੈਸ਼ਰ, ਅਤੇ ਬਾਕੀ ਟੈਂਕੀ ਟੂੰਕੀ ਤਾਂ ਆਪਾਂ ਨੂੰ ਆਮ ਮਿਲੀ ਜਾਂਦੀ ਆ ਵੀਰੇ, ਇੱਥੋਂ ਸਕਰੈਪ 'ਚੋਂ ਮਿਲ ਜਾਂਦੀ ਆ, ਟਰੱਕ ਟਰੁੱਕ ਤੋਂ ਲਹਾ ਲਈ ਦੀ ਆ, ਜਿਵੇਂ ਕੋਈ ਖੜਾ ਹੋਵੇ ਸਕਰੈਪ ਵਾਲਾ ਉਹਦੇ ਤੋਂ ਮਿਲ ਜਾਂਦੀ ਆ। ਯਾਨੀ ਕਿ 15-16,000 ਰੁਪਇਆ? 15-16,000, ਹਾਂਜੀ 20,000 ਆ ਗਿਆ ਉਹ, ਵੱਧ ਤੋਂ ਵੱਧ। ਹਾਰਨ ਵਗੈਰਾ ਜੇ ਲਾ? ਹਾਂਜੀ, ਹਾਰਨ ਨਵੇਂ ਲਾਏ ਸੀਗੇ। ਹਾਂਜੀ, ਜੇ ਹਾਰਨ ਨਹੀਂ ਲਾਉਣੇ, ਜੇ ਕਿਸੇ ਨੇ ਸਿਰਫ ਕੰਮ ਲੈਣਾ, ਇਹ ਤੋਂ ਹਵਾ ਦਾ ਕੰਮ ਲੈਣਾ? ਹਾਰਨ ਬਸ ਉਹ ਨਾ ਲਾਉਣ, ਬਸ ਬਾਕੀ ਆ ਇੱਦਾਂ ਦਾ ਕੰਮ ਹੋ ਜਾਂਦਾ ਵਾ ਸਾਰਾ। ਕਿਉਂਕਿ ਕਈ ਵੀਰ ਤੂੜੀ ਵਾਲੀਆਂ ਮਸ਼ੀਨਾਂ ਲੈ ਕੇ ਹਰਿਆਣਾ ਦਿੱਲੀ ਜਾਂਦੇ ਆ ਜਾਂ ਬਾਹਰਲੀਆਂ ਸਟੇਟਾਂ 'ਚ ਕਿਤੇ ਵੀ ਜਾਂਦੇ ਆ, ਅਤੇ ਰਸਤੇ ਦੇ ਵਿੱਚ ਕਈ ਵਾਰ ਮਸ਼ੀਨ ਦਾ ਟਾਇਰ ਪੈਂਚਰ ਹੋ ਗਿਆ, ਟਰਾਲੀ ਦਾ ਹੋ ਗਿਆ, ਜਾਂ ਕੋਈ ਹੋਰ ਲੋਡ ਪੈ ਗਈ, ਜਾਂ ਆਲੂਆਂ ਦਾ ਥੋੜ੍ਹਾ ਕੰਮ ਆਪਣਾ ਜ਼ਿਆਦਾ ਵਾ, ਅਤੇ ਖੇਤ ਆਲੂ ਜਾਣੀ ਲੱਦੇ ਸੀ ਟਰਾਲੀ 'ਚ, ਅਤੇ ਉਹ ਹਵਾ ਚੈੱਕ ਨਹੀਂ ਕੀਤੀ ਟਰਾਲੀ 'ਚ, ਜਾਣੀ ਟਾਇਰ ਬਹਿ ਗਏ, ਅਤੇ ਫਿਰ ਨਾਲ ਹੀ ਜਿਵੇਂ ਖੜਾ ਸੀ ਟਰੈਕਟਰ ਕੋਲ, ਆਪਾਂ ਇਹਦੇ 'ਚ ਹੀ ਭਰ ਲਈ, ਇਹਦੇ 'ਚ ਭਰ ਲਈ। ਹਾਂਜੀ, ਨਹੀਂ ਆਪਾਂ ਨੂੰ ਪਿੰਡ ਆਉਣਾ ਪੈਣਾ ਸੀਗਾ, ਅਨਲੋਡ ਕਰਨਾ ਪੈਣਾ, ਫਿਰ ਅਨਲੋਡ ਕਰਨਾ ਪੈਂਦਾ। ਹਾਂਜੀ, ਉਹ ਮੌਕੇ 'ਤੇ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਹਵਾ ਘੱਟ ਆ, ਉਦੋਂ ਇੱਥੋਂ ਹੀ ਭਰ ਲਈ। ਬਿਲਕੁਲ। ਹਾਂਜੀ ਹਾਂਜੀ। ਤੇ ਹੁਣ ਆਪਾਂ ਜੇ ਆਪਾਂ ਗੱਲ ਕਰੀਏ ਬਾਈ ਜੀ, ਆਪਾਂ ਸ਼ੁਰੂ ਕਰਦੇ ਹਾਂ ਬੰਪਰ ਤੋਂ, ਹੈ ਨਾ। ਹਾਂਜੀ ਵੀਰੇ। ਇਹ ਕਿੰਨੇ ਫੁੱਟ ਦਾ ਲੱਗਾ ਹੋਇਆ ਜੀ? ਇਹ 3 ਫੁੱਟ ਲੰਬਾ ਵੀਰੇ ਅੱਗੇ ਨੂੰ। ਤੇ ਵਜ਼ਨ ਕਿੰਨਾ ਜੀ ਇਹਦਾ? ਵਜ਼ਨ 1 ਕੁਇੰਟਲ 25 ਕਿਲੋ ਦਾ ਵੀਰੇ। ਠੀਕ ਆ ਵੀ, ਇਹਦੇ ਨਾਲ ਹੁਣ ਤੈਨੂੰ ਅੱਗੋਂ ਟਰੈਕਟਰ ਅੱਗੋਂ ਚੱਕਿਆ ਚੁੱਕਿਆ ਤਾਂ ਨਹੀਂ ਜਾਂਦਾ? ਚੱਕਿਆ ਜਾਂਦਾ ਹੀ ਨਹੀਂ। ਹਾਂਜੀ, ਇੱਕ ਟਾਇਰ ਭਾਰੇ ਪਏ ਹੋਏ ਆ, ਇੱਕ ਮੂਹਰੇ ਵੇਟ ਬਹੁਤ ਹੋ ਗਿਆ ਬੰਪਰ ਦਾ, ਚੱਕਿਆ ਤਾਂ ਜਾਂਦਾ ਹੀ ਨਹੀਂਗਾ ਵੀਰੇ। ਠੀਕ ਆ। ਹਾਂਜੀ, ਤੇ ਇਸ ਤੋਂ ਬਾਅਦ ਆ ਗਿਆ ਜੀ ਟਾਇਰਾਂ ਦੀ ਗੱਲ ਆ ਗਈ, ਹੈ ਨਾ।
ਅਗਲੇ ਟਾਇਰ ਤਾਂ ਚਲੋ ਰਿਮ ਬਹੁਤ ਵਧੀਆ ਮਜ਼ਬੂਤ ਆ ਹਨਾ। ਹਾਂਜੀ ਹਾਂਜੀ ਇਹ ਬਿਨਾਂ ਸਪੇਸਰ ਤੋਂ ਆ ਵੀਰੇ, ਕੋਈ ਹੁਣ ਜਿਵੇਂ ਸਪੇਸਰ ਪਾ ਕੇ ਆਪਣਾ ਕਰਦਾ ਵਾ ਹੱਬ 'ਚ, ਇਹ ਜਾਣੀ ਜਿਵੇਂ ਓਰਿਜਨਲ ਹੁੰਦਾ ਵਾ ਰਿਮ, ਉਹ ਟਾਇਰ ਲਾਓ ਬਸ ਇਹ ਪਾ ਦਿਓ। ਅੱਛਾ ਜੀ ਉਸੇ ਤੇ ਲਾ ਦੇ। ਹਾਂਜੀ ਹਾਂਜੀ ਇਹ ਸਪੇਸਰ ਹੈ ਨਹੀਂ ਵੀਰੇ ਵਿੱਚ, ਇਹਦੇ ਹੱਬ 'ਚ ਸਿੱਧਾ ਰਿਮ ਹੀ ਇਹੀ ਚੜ ਜਾਂਦਾ ਵਾ। ਠੀਕ ਹੈ ਬਈ। ਹਾਂਜੀ ਤੇ ਇਸ ਤੋਂ ਬਾਅਦ ਜੇ ਆਪਾਂ ਮਗਰਲੇ ਲਾਏ ਦੀ ਗੱਲ ਕਰੀਏ ਵੀਰੇ, ਇਹ ਟਾਇਰ ਰੇਡੀਅਲ ਆ ਨਾ ਤੁਹਾਡੇ? ਰੇਡੀਅਲ ਟਾਇਰ ਆ ਵੀਰੇ, BKT ਦੇ। ਇਹ ਹੁਣ ਜਿਵੇਂ ਕਈ ਵਾਰ ਟਰਾਲੇ ਤੇ ਲਾਉਣਾ ਹੁੰਦਾ ਆਪਾਂ ਜਾਂ ਹੋਰ ਕੇ ਕੰਮ ਤੇ ਜ਼ੋਰ ਤੇ ਲਾਉਨੇ ਆਪਾਂ ਟਰੈਕਟਰ, ਹਾਂਜੀ, ਤੇ ਇਹ ਰਿਮ ਪੂਰਾ ਵਜਨ ਸਹਿ ਜਾਂਦੇ ਉਹ? ਹਾਂਜੀ ਵੀਰੇ ਆਪਾਂ ਉਹ ਗਲਾਈ ਨਹੀਂ ਨਾ ਕਟਾਈ ਹੋਏਗੀ ਵਿੱਚੋਂ, ਜਾਣੀ ਡਿਜ਼ਾਈਨ ਦਿੱਤਾ ਹੋਇਆ ਉਹਨੂੰ ਕੱਟ ਕੇ, ਤੇ ਗਲਾਈ ਨਹੀਂ ਆਪਾਂ ਕੱਟੀ ਹੋਏਗੀ, ਤੇ ਜਾਣੀ 580 ਗੱਟੂ ਮੈਂ ਆਲੂਆਂ ਦੀ ਜਾਣੀ ਲਾ ਦਲੇ ਸੀਗੇ ਇਹਦੇ ਤੇ। ਅੱਛਾ ਜੀ। ਹਾਂਜੀ ਤੇ ਬਾਕੀ ਇਹਨੂੰ ਕੋਈ ਚੱਕਰ ਨਹੀਂ ਹੈਗਾ, ਕਰੈਕ ਨਹੀਂ ਹੁੰਦਾ। ਪਹਿਲਾਂ ਹੀ ਮੈਂ ਗਲਤੀ ਕਰਕੇ ਸੀ, ਜਿਹੜੇ ਪਹਿਲਾਂ ਪਾਈ ਸੀ ਮੈਂ ਪਲੱਸ ਦਾ ਸਾਈਨ ਹੀ ਬਣਾ ਲਿਆ ਸੀਗਾ। ਅੱਛਾ ਜੀ। ਉਹ ਟੁੱਟ ਗਏ ਸੀਗੇ, ਫਿਰ ਮੈਂ ਆਹ ਕੀਤਾ ਜਾਣੀ ਲੇਜ਼ਰ ਤੇ ਕਟਿੰਗ ਕਰਾਈ ਹੋਈ ਆ। ਹਾਂ ਬਿਲਕੁਲ ਸਹੀ ਗੱਲ ਆ, ਕਿਉਂਕਿ ਆਪਾਂ ਚੀਜ਼ ਨੂੰ ਸੋਹਣਾ ਵੀ ਰੱਖਣਾ ਵਾ, ਜੇ ਆਪਾਂ ਉਹ ਫਾਇਦਾ ਕੀ ਜਦੋਂ ਆਪਾਂ ਕੰਮ ਦੇ ਦਿਨਾਂ ਜਾ ਕੇ ਉਹ ਚੀਜ਼ ਲਾ ਦਿੱਤੀ ਤੇ ਫਾਇਦਾ ਨਹੀਂ ਹੈਗਾ, ਖੋਲ ਖਲਈਏ ਤੇ ਖਰਾਬ ਹੀ ਹੁੰਦਾ ਵੀਰੇ ਉਹ ਹੁੰਦਾ, ਨਾਲੇ ਖਰਾਬ ਹੁੰਦਾ ਨਾਲੇ ਬਾਈ ਇਹਨਾਂ ਦਿਨਾਂ 'ਚ ਆਪਾਂ ਟਰੈਕਟਰ ਸੀਜ਼ਨ ਦੇ ਵਿੱਚ ਬਾਹਰ ਕੱਢਣਾ ਹੁੰਦਾ ਵਾ, ਜੇ ਉਹਨਾਂ ਦਿਨਾਂ 'ਚ ਟਰੈਕਟਰ ਫਿਰ ਸੈਂਪਲ ਰੱਖ ਲਿਆ ਤੂੰ ਤੇ ਅੱਗੋਂ ਪਿੱਛੋਂ ਤੂੰ ਉਹ ਪਿੰਡ 'ਚ ਹੀ ਗੇੜੇ ਦੇਣੇ, ਉਹਦਾ ਫਾਇਦਾ ਕੋਈ ਨਹੀਂ। ਹਾਂਜੀ ਹਾਂਜੀ ਵੀਰੇ, ਹੁਣ ਜਾਣੀ ਮੈਂ ਤਾਂ ਇਹਦੇ ਕੋਈ ਸਮਾਨ ਲਾਉਂਦਾ ਨਹੀਂਗਾ, ਨਾ ਮੈਂ ਮੂਹਰਲੇ ਟਾਇਰ ਲਾਉਣੇ ਆ, ਬਾਬਾ ਹੀਰੋ ਆਈ ਚੱਲਦਾ ਵਾ ਸਾਰਾ। ਅੱਛਾ ਜੀ। ਹਾਂਜੀ ਠੀਕ ਆ। ਤੇ ਬਾਕੀ ਛਤਰੀ ਜਿਹੜੀ ਆ ਬਾਈ ਨੇ ਹੁਣੇ ਤਿਆਰ ਕਰਵਾਈ ਇਹ ਵੀ, ਤੇ ਸਿਸਟਮ ਵੀ ਬਹੁਤ ਵਧੀਆ ਲੱਗਾ ਹੋਇਆ ਵਾ। ਇਸ ਤੋਂ ਇਲਾਵਾ ਇੱਕ ਸਕਰੀਨ ਤੁਹਾਡੀ, ਇਹ ਬੈਕ ਕੈਮਰਾ ਜੀ? ਇਹ ਬੈਕ ਕੈਮਰਾ ਵੀ, ਇਹਦੇ ਵੀਡੀਓ ਵੀ ਸੌਂਗ ਚੱਲਦੇ ਆ ਵੀਰੇ ਇਹਦੇ 'ਚ। ਅੱਛਾ ਵੀ। ਹਾਂਜੀ ਹਾਂਜੀ ਇੱਧਰ ਸਿਸਟਮ 'ਚ ਆਵਾਜ਼ ਆਈ ਜਾਂਦੀ ਹੈ ਅਤੇ ਉੱਧਰ ਵੀਡੀਓ ਚੱਲੀ ਜਾਂਦੀ ਹੈ ਨਾਲ ਦੀ ਨਾਲ ਹੀ। ਠੀਕ ਹੈ। ਹਾਂਜੀ ਵੀਰੇ। ਅਤੇ ਟਾਇਰ ਬਾਹਰ ਇਹ ਫਿਰ ਇਹਦੇ ਰਿਮਾਂ ਦੇ ਕਰਕੇ ਨਿਕਲੇ? ਇਹ ਰਿਮ ਉਲਟੇ ਕਰਕੇ ਪਾਏ ਹੋਏ ਆ ਵੀਰੇ। ਹਾਂਜੀ ਉਲਟੇ ਕਰਕੇ ਪਾਏ ਹੋਏ ਆ ਰਿਮ। ਠੀਕ ਹੈ। ਉਹ ਫਿਰ ਮੂਹਰੋਂ ਐਂ ਚੌੜੇ ਟਾਇਰ ਪਾਏ ਕਰਕੇ ਬਰਾਬਰ ਆ ਗਿਆ ਹੁਣ ਮਗਰੋਂ। ਹਾਂਜੀ। ਇਹ ਫਿਰ ਹੁਣ ਜਦੋਂ ਸੜਕ ਤੇ ਭਜਾਉਂਦੇ ਉਹਦੇ ਨਾਲ ਇਹਦਾ ਫਾਇਦਾ ਇਹ ਵੀ ਹੋ ਜਾਂਦਾ ਵੀ ਇਹ ਜੰਪ ਨਹੀਂ ਦਿੰਦਾ ਹੈਗਾ, ਜਾਣੀ ਬੁੜਕਦਾ ਨਹੀਂ ਹੈਗਾ ਹੈਗਾ। ਅਤੇ ਇਸ ਤੋਂ ਇਲਾਵਾ ਬਾਈ ਬੈਕ ਸਾਈਡ ਵੀ ਕੁਛ ਕਰਵਾਇਆ ਕਿ ਨਹੀਂ? ਨਹੀਂ ਬੈਕ ਸਾਈਡ ਤਾਂ ਕੈਮਰਾ ਲੱਗਿਆ ਹੋਇਆ ਵਾ ਵੀਰੇ ਆਪਣਾ। ਅੱਛਾ ਜੀ। ਹਾਂਜੀ ਬੈਕ ਕੈਮਰਾ ਉਹੀ ਲੱਗਿਆ ਹੋਇਆ ਵਾ ਬਸ। ਅਤੇ ਇੱਕ ਇਹਦੀ ਹੁਣ ਸਪੀਡ ਕਿੰਨੀ ਆ ਜੀ, ਕਿੰਨੀ ਸਪੀਡ ਤੇ ਭੱਜਦਾ ਹੋਊਗਾ? ਇਹ ਜਾਣੀ 100+ ਜਾਂਦਾ ਵਾ ਵੀਰੇ। ਇਹਦੇ ਜਾਣੀ ਏਜੰਸੀ ਵਾਲੀ ਨੂੰ ਪਹਿਲਾਂ ਹੀ ਨਵੀਂ ਹਾਈ ਸਪੀਡ ਹੀ ਆਇਆ ਸੀਗਾ, ਅਤੇ ਬਾਕੀ ਜਿਵੇਂ ਆਪਾਂ ਅੱਗੇ ਖੇਤੀ ਦਾ ਕੰਮ ਲੈਂਦੇ ਸੀਗੇ ਉਵੇਂ ਖੇਤੀ ਦਾ ਕੰਮ ਦਿੰਦਾ ਨਹੀਂ ਸੀਗਾ, ਜਾਣੀ ਚੱਟਾ ਪਲੋਚ ਵੀ ਆਪਾਂ ਵਾਹੀ ਕਰਦੇ ਸੀ ਉਹ 'ਚ ਵੀ ਦੱਬਦਾ ਸੀ, ਜਾਣੀ ਇਹ ਹਾਈ ਸਪੀਡ ਕਰਕੇ। ਨਹੀਂ 745 ਕੰਪਨੀ ਨੇ 100 ਸਪੀਡ ਤੇ ਕੱਢੇ ਹੋਏ? ਨਹੀਂ 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 ਵੀਰੇ, ਜਾਣੀ ਉਹ ਤਾਂ ਘੱਟ ਸੀ, ਹੁਣ ਇਹਦੇ ਪੰਪ ਰੀਸੈਟਿੰਗ ਕਰਾਉਣ ਦਾ RPM ਵੀ 5000 ਕੀਤਾ ਹੋਇਆ ਵਿੱਚੋਂ, ਏਜੰਸੀ ਵਾਲੀ 2100 ਆਇਆ ਸੀਗਾ, ਹੁਣ ਪੰਪ ਦਾ ਜਦੋਂ ਕੰਮ ਕਰਾਇਆ ਸੈਟਿੰਗ ਕਰਾਈ ਉਹ ਤੋਂ 5000 RPM ਕਰਤਾ ਸੀ ਇਹਦਾ, ਅਤੇ ਫਿਰ ਬਾਕੀ ਟਰਬੋ ਨਾਲ ਫਰਕ ਪੈ ਗਿਆ ਪੈਕਅਪ ਦਾ। ਅਤੇ ਬਾਕੀ ਇਹਦੇ ਟਾਇਰ 13 ਦੇ ਆਏ ਸੀ ਓਰੀਜਨਲ, 13-28 ਦੇ, ਹੁਣ 14-9-28 ਦੇ ਪਾਏ ਹੋਏ ਆ, ਅਤੇ ਜਾਣੀ ਉਹਦੇ ਨਾਲ ਵੀ ਫਿਰ ਗੇੜੇ ਦਾ ਫਰਕ ਪੈ ਗਿਆ। ਹਾਂਜੀ ਹਾਂਜੀ। ਅਤੇ ਹੁਣ ਜਾਣੀ ਆਪਾਂ ਰੇਸ ਰੂਸ ਖੋਲ੍ਹੀ ਹੋਈ ਆ ਤਾਂ ਜਾਣੀ ਜਾਂਦਾ 100+। ਠੀਕ ਹੈ ਬਾਈ। ਅਤੇ ਭਜਾਉਣੇ ਭਜੂਣੇ ਫਿਰ ਕਿਤੇ ਕਿਉਂਕਿ ਮੇਲੇ ਵਗੈਰਾ 'ਤੇ ਜਾਂਦੇ ਜਾਂ ਵੈਸੇ? ਜਦੋਂ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਆ ਵੀਰੇ ਉਦੋਂ ਜਾਣੀ ਜੇ ਕੋਈ ਨਾਲ ਬਰਾਬਰ ਆ ਕੇ ਵਾਲੀ ਚੌੜ ਜੀ ਕਰਦਾ ਉਦੋਂ ਜਾਣੀ ਪੰਗਾ ਲੈ ਲਈਦਾ ਵਾ, ਨਹੀਂ ਤਾਂ ਜਾਣੀ ਸ਼ੌਂਕ ਨੂੰ ਹੌਲੀ ਹੌਲੀ ਟਿਕਾ ਨਹੀਂ ਜਾਈਦਾ ਵੀ ਜਿਹੜਾ ਲੋਕ ਦੇਖਣ ਵਿੱਚ ਚੀਜ਼ ਜਾਂਦੀ ਆ। ਹਾਂਜੀ ਹਾਂਜੀ। ਤੇ ਬਾਈ ਇਹਦੀ ਐਵਰੇਜ ਤੂੰ ਕੀ ਕੱਢਦਾ ਹੁਣ ਜੇ ਖੇਤ ਦੇ ਵਿੱਚ? 745 ਆ ਵੱਡੇ ਟਾਇਰਾਂ ਦੇ ਵਿੱਚ ਐਵਰੇਜ ਤਾਂ ਵੀਰੇ ਇਹਦੀ ਕਾਹਦੀ ਕੱਢੀ ਜਾਂਦੀ ਆ ਟਰੈਕਟਰ ਦੀ, ਇਹ ਤਾਂ ਸਮਝ ਲਓ ਤੁਸੀਂ ਇੱਕ ਹਿਸਾਬ ਜੱਟਾਂ ਦਾ ਗੱਡਾ ਹੀ ਆ। ਹੈ ਗੱਡਾ ਵਾ, ਫਿਰ ਵੀ ਆਪਾਂ ਨੂੰ ਅੰਦਾਜ਼ਾ ਤਾਂ ਕੋਈ ਹੋ ਹੀ ਜਾਂਦਾ ਵੀ ਘੰਟੇ ਦਾ ਕਿੰਨਾ ਕੁ ਡੀਜ਼ਲ ਖਾ ਜਾਂਦਾ ਹੋਊਗਾ ਅੰਦਾਜ਼ਾ? 5 ਕੁ ਲੀਟਰ ਖਾਂਦਾ ਵੀਰੇ ਆਪਾਂ, ਬਾਕੀ ਇੰਨੇ ਕੁ ਦੀ ਜਾਣੀ ਔਸਤ ਜੀ ਦੇਖੀ ਆ, ਬਾਕੀ ਹੁਣ ਕੱਢੀ ਕੁੱਢੀ ਤਾਂ ਕਦੇ ਹੈ ਨਹੀਂ ਗੀ। ਤੇ ਟਰਬੋ ਲਵਾਉਣ ਨਾਲ ਤੈਨੂੰ ਕੋਈ ਫਰਕ ਲੱਗਾ ਹੋਣਾ? ਟਰਬੋ ਲਵਾਉਣ ਨਾਲ ਵੀਰੇ ਬਹੁਤ ਜ਼ਿਆਦਾ ਫਰਕ ਹੈ ਇਹਦਾ, ਥੋੜ੍ਹਾ ਨਹੀਂ ਬਹੁਤ ਜ਼ਿਆਦਾ। ਅੱਗੇ ਤਾਂ ਜਾਣੀ ਦਬਦਾ ਹੀ ਬਾਹਲਾ ਜ਼ਿਆਦਾ ਸੀਗਾ, ਅਤੇ ਹੁਣ ਤਾਂ ਜਾਣੀ ਅੱਗੇ ਚੌਥੇ ਲੋਅ 'ਚ ਵੀ ਨਹੀਂ ਤੁਰਦਾ ਹੁੰਦਾ ਸੀ 11 ਹਲਾਂ 'ਤੇ, ਹੁਣ ਜਾਣੀ ਦੂਜੇ ਹਾਈ 'ਚ ਵੀ ਤੁਰ ਪੈਂਦਾ ਵਾ। ਠੀਕ ਹੈ। ਹਾਂਜੀ ਹੁਣ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੂੰ, ਤੁਸੀਂ ਵਿੱਚ ਸ਼ਾਰਟ ਪਾ ਦਿਓ, ਜਾਣੀ ਪਹਿਲੇ ਹਾਈ 'ਚ 15 ਹਲ ਦੋਨੇ ਲੀਵਰ ਥੱਲੇ ਕਰਕੇ ਪੂਰੇ ਵਧੀਆ ਖਿੱਚਦਾ ਵਾ, ਪੂਰੇ ਵਧੀਆ। ਅੱਛਾ ਜੀ। ਹਾਂਜੀ ਹਾਂਜੀ, ਅੱਗੇ 11 ਵੀ ਨਹੀਂ ਖਿੱਚਦਾ, ਹੁਣ 15 ਖਿੱਚੀ ਜਾਂਦਾ ਪੂਰੇ ਵਧੀਆ। ਠੀਕ ਹੈ। ਹਾਂਜੀ ਹਾਂਜੀ ਵੀਰੇ, ਬਹੁਤ ਵਧੀਆ ਬਾਈ। ਤੇ ਇੱਕ ਆਪਾਂ ਥੋੜੀ ਫਿਟਿੰਗ ਦਿਖਾ ਦਈਏ ਆਪਣੀ, ਹਨਾ, ਟਰੈਕਟਰ ਦੀ ਜਿਹੜਾ ਆਪਾਂ ਕੰਪਰੈਸ਼ਰ ਲਾਇਆ ਟਰਬੋ ਲਾਇਆ ਵਾ। ਤੇ ਆਹ ਦੇਖੋ ਜੀ, ਕਿਉਂਕਿ ਜ਼ਿਆਦਾਤਰ ਬਾਈ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਵੀ ਕਹਿੰਦੇ ਸੀ ਵੀ ਸ਼ੋਅ ਦੇ ਨਾਲ ਲੱਗੂਗਾ ਕੰਪਰੈਸ਼ਰ। ਹਾਂਜੀ ਵੀਰੇ, ਕੋਈ ਮੋਗੇ ਸੀ ਮੈਸਤਰੀ ਜਾਂ ਆਪਾਂ ਹੋਰ, ਮੈਂ ਕਈ ਜਗ੍ਹਾ ਤੋਂ ਪਤਾ ਕੀਤਾ, ਉਹ ਕਹਿੰਦੇ ਵੀ ਆਹ ਬੈਲਟ ਚਲਾਉਣ ਨੂੰ ਕੰਪਰੈਸ਼ਰ ਦੀ ਸ਼ੋਅ ਵੱਢਣੀ ਪੈਣੀ ਆ, ਵੀ ਜਗ੍ਹਾ ਹੈ ਨਹੀਂ ਇਹਦੇ 'ਚ ਆਏ ਹਾਂ। ਫਿਰ ਮੈਂ ਜਾਣੀ ਆਪ ਹੀ ਅਸੀਂ ਰੈਸਲਾ ਕਰਕੇ ਆਪਾਂ ਰੈਕੋਟ ਤੋਂ ਜਾਣੀ ਐਂ ਫਿੱਟ ਕਰਵਾ ਲਿਆਂਦਾ ਸੀਗਾ, ਅਤੇ ਟਰਬੋ ਵੀ ਵਿੱਚ ਹੀ ਫਿਟਿੰਗ ਹੁਣ ਹੋ ਗਈ, ਜਾਣੀ ਉਹਦਾ ਵੀ ਨਹੀਂ ਪਤਾ ਲੱਗਦਾ, ਕੰਪਰੈਸ਼ਰ ਦਾ ਵੀ ਵਿੱਚ ਹੀ ਹੋ ਗਿਆ। ਹੁਣ ਜੋ ਟਰਬੋ ਫਿਟਿੰਗ ਕਰਵਾਈ ਸੀ ਉਹਨਾਂ ਨੇ ਮੈਂ ਕਹਿਤਾ ਸੀ ਵੀ ਆਹ ਆਪਣਾ ਕੰਪਰੈਸ਼ਰ ਛੇੜਨਾ ਨੀਗਾ, ਫਿਰ ਉਹਨਾਂ ਨੇ ਵੀ ਜਾਣੀ ਬਹੁਤ ਸੋਹਣਾ ਕੰਮ ਕੀਤਾ, ਅਤੇ ਜਾਣੀ ਟਰਬੋ
ਤੇ ਜਿਹੜਾ ਸਾਇਲੈਂਸਰ ਆ ਇਹ ਹੁਣ ਲਾਲ ਹੋਇਆ ਪਿਆ ਬਾਈ ਇਹ ਤੇ ਪੇਂਟ ਇੰਜ ਹੀ ਰਹੂਗਾ ਇਹ ਨਿਕਲ ਕੇ ਇੱਕ ਦਿਨ ਮੈਂ ਬੌਣ ਲੱਗ ਗਿਆ ਉਹਦੇ ਨਾਲ ਲਾਲ ਜਿਹਾ ਹੋ ਗਿਆ ਤੇ ਇਹ ਤਾਂ ਆਪਣੇ ਜਿਵੇਂ ਆਪਾਂ ਬੁਲਟ ਤੇ ਟਿੱਕੀ ਮਾਰਦੇ ਸਾਫ ਕਰਦੇ ਆ ਉਹਦੇ ਨਾਲ ਹੋ ਜਾਣਾ ਵਾ ਵੀਰੇ ਇਹ ਤਾਂ ਸਾਫ ਠੀਕ ਆ ਬਾਈ ਇਹ ਵੀ ਕਾਫੀ ਲੰਮਾ ਲਵਾਇਆ ਉੱਚਾ ਇਹ ਛਤਰੀ ਕਾਲੀ ਕਰ ਦਿੰਦਾ ਸੀਗਾ ਵੀਰੇ ਹੁਣ ਜਣੀ ਧੂਆਂ ਜਿਹੜਾ ਜ਼ਿਆਦਾ ਮਾਰਦਾ ਵਾ ਟਰਬੋ ਲਗਾਈ ਕਰਕੇ ਤੇ ਤਾਂ ਫਿਰ ਉੱਚਾ ਲਵਾਇਆ ਹੋਇਆ ਛਤਰੀ ਤੋਂ ਠੀਕ ਆ ਬਾਈ ਠੀਕ ਆ ਤੇ ਇਸ ਤੋਂ ਇਲਾਵਾ ਬਾਈ ਜਿਹੜੇ ਆ ਹਾਰਨ ਵਗੈਰਾ ਲੱਗੇ ਹੋਏ ਆ ਤੁਹਾਡੇ ਹਨਾ ਇਹ ਕਾਫੀ ਅੱਗੇ ਲਗਾਏ ਹੋਏ ਆ ਤੇ ਹੋਰ ਵੀ ਹਾਰਨ ਲੱਗੇ ਹੋਏ ਇਹਦੇ ਵਿੱਚ ਹਾਂਜੀ ਵੀਰੇ 6 ਰੂਟਸ ਲੱਗੇ ਆ ਤੇ ਆ ਬੰਪਰ ਦੇ ਥੱਲੇ ਲੱਗੇ ਆ ਪ੍ਰੈਸ਼ਰ ਹਾਰਨ ਥੱਲੇ ਲੱਗੇ ਹੋਏ ਆ ਵੀਰੇ ਏ ਗ੍ਰੇਡ ਕੰਪਨੀ ਦੇ ਆ ਇਹ ਅੱਛਾ ਜੀ ਹਾਂਜੀ ਹਾਂਜੀ ਵੀਰੇ ਤੇ ਇਹਨਾਂ ਦੀ ਆਵਾਜ਼ ਸਾਊਂਡ ਕਾਫੀ ਹੋਊਗਾ ਬਹੁਤ ਹਾਂਜੀ ਆਵਾਜ਼ ਬਹੁਤ ਆ ਵੀਰੇ 40 ਟਿਊਨ ਆ ਇਹਦੇ ਵਿੱਚ ਕਰਿਓ ਇੱਕ ਵਾਰ ਟਿਊਨਾਂ ਜਿਹੜੀ ਅਲੱਗ ਅਲੱਗ ਟਿਊਨਾਂ ਵਾ ਇਹਦੇ ਵਿੱਚ ਅਲੱਗ ਟਿਊਨਾਂ ਕੱਢਦਾ ਵੀਰੇ ਹਾਂਜੀ ਬਾਤ ਸਾਊਂਡ ਹੀ ਬਹੁਤ ਜ਼ਿਆਦਾ ਜੀ ਇਸਦਾ ਨਾ ਜੀ ਬਹੁਤ ਸਾਊਂਡ ਆ ਵੀਰੇ ਉਹ ਪ੍ਰੈਸ਼ਰ ਦੇ ਹਿਸਾਬ ਨਾਲ ਪ੍ਰੈਸ਼ਰ ਜਿਵੇਂ ਫੁੱਲ ਆ ਉਹਨਾਂ ਜਾਨੀ ਜਿਵੇਂ ਪ੍ਰੈਸ਼ਰ ਘੱਟ ਜਾਵੇ ਫਿਰ ਥੋੜੀ ਜਿਹੀ ਘੱਟ ਵੱਜਣ ਲੱਗ ਜਾਂਦੇ ਆ ਠੀਕ ਹੈ ਹਾਂਜੀ ਹਾਂਜੀ ਵੀਰੇ ਤੇ ਪ੍ਰੈਸ਼ਰ ਆਟੋਮੈਟਿਕ ਇਹਦਾ ਹਵਾ ਭਰਦੀ ਜਾਂਦੀ ਹੈ ਕਿ ਇਹ ਸੁੱਚ ਲਾਈ ਹੋਈ ਹੈ ਵੀਰੇ ਜਦੋਂ ਉਧਰ ਮੀਟਰ ਲੱਗਿਆ ਹੋਇਆ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਵੀ ਕਿੰਨੀ ਕੁ ਜਾਨੀ ਆਟੋ ਕੱਟ ਨਹੀਂ ਕਰਦੇ ਆਪਣੇ ਆਟੋ ਸ਼ੈਕ ਲੱਗੀ ਹੈ ਵੀਰੇ ਸ਼ੈਕ ਮਾਰ ਜਾਂਦਾ ਵਾ ਜਾਨੀ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਵਧੀਆ ਬਾਈ ਟਰੈਕਟਰ ਤੋਂ ਬਹੁਤ ਸੋਹਣਾ ਤਿਆਰ ਕੀਤਾ ਵਾ ਤੇ ਬਾਕੀ ਜਿਹੜਾ ਪੇਂਟ ਵਗੈਰਾ ਇਹਦਾ ਸਾਰਾ ਓਰੀਜਨਲ ਹੀ ਰੱਖਿਆ ਸਾਰਾ ਓਰੀਜਨਲ ਪੇਂਟ ਆ ਹਾਂਜੀ ਵੀਰੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਘਰੇ ਜਾਨੀ ਕਪੜਾ ਕੁਪੜਾ ਮਾਰੀਦਾ ਵਾ ਪਾਲਿਸ਼ ਪੂਲਿਸ਼ ਹਾਂਜੀ ਯਾਨੀ ਹਜੇ 15 ਮਾਡਲ ਆ ਦੇਖ ਲਓ ਵਿੱਚ ਦੀ ਜਾਨੀ ਮੂੰਹ ਦੀਦਾ ਹਜੇ ਵੀ ਠੀਕ ਹੈ ਹਾਂਜੀ ਵੀਰੇ ਤੇ ਅੱਜ ਦੇ ਟਾਈਮ 'ਚ ਜਿਵੇਂ ਤੂੰ ਤਾਂ ਹੁਣ ਬਾਈ ਕਾਫੀ ਟਾਈਮ 15 ਮਾਡਲ ਆ ਟਰੈਕਟਰ ਤੇਰਾ ਹਨਾ ਉਦੋਂ ਤੋਂ ਲੈ ਕੇ ਹੌਲੀ ਹੌਲੀ ਤਿਆਰ ਕਰਨ ਲੱਗ ਗਿਆ ਵੀ ਅੱਜ ਤੱਕ ਕਿੰਨੇ ਪੈਸੇ ਲਾਤੇ ਇਸ ਟਰੈਕਟਰ ਨੂੰ ਤਿਆਰ ਕਰਨ ਲੱਗ ਗਿਆ ਹੋਊਗਾ ਵੀਰੇ ਤੇ 4.5 ਲੱਖ ਦੇ ਨੇੜ ਤੇੜ ਤਾਂ ਅੱਛਾ ਬਾਈ ਹਾਂਜੀ ਹਾਂਜੀ ਵੀ ਲਾਏ ਹੌਲੀ ਹੌਲੀ ਕਿਸ਼ਤਾਂ 'ਚ ਹਾਂਜੀ ਕਿਸ਼ਤਾਂ 'ਚ ਮੈਂ ਆਪ ਜਿਵੇਂ ਘਰਦਿਆਂ ਨੂੰ ਹੁਣ ਤੰਗ ਨਹੀਂ ਕੀਤਾ ਗਾ ਆਪਾਂ ਵੀ ਜਿਵੇਂ ਆਪਾਂ ਆਹ ਚੀਜ਼ ਲਵਾਉਣੀ ਆ ਜਾਂ ਤੰਗ ਨਹੀਂ ਕੀਤਾ ਮੈਂ ਆਪ ਵੀ ਜਾਣੀ ਫੈਕਟਰੀ 'ਚ ਲੱਗ ਕੇ ਜਾਣੀ ਆਪਣੇ ਹੁਣ ਘਰੇ ਚਲੋ ਰੱਬ ਦੀ ਕਿਰਪਾ ਨਾਲ ਸਾਰਾ ਕੁਛ ਆ ਮੈਂ ਆਪ ਬੋਰੀਆਂ ਚੱਕਦਾ ਰਿਹਾ ਫੈਕਟਰੀ 'ਚ ਲੱਗ ਕੇ ਤੇ ਫਿਰ ਮੈਂ ਟਾਇਰ ਫਿਰ ਪਾਏ ਸੀਗੇ ਮੂਹਰਲੇ ਅੱਛਾ ਬਾਈ ਹਾਂਜੀ ਹਾਂਜੀ ਵੀ ਜਾਣੀ ਕਿ ਆਪਦੀ ਮਿਹਨਤ ਨਹੀਂ ਇਹਨੂੰ ਮਿਹਨਤ ਨਾਲ ਹੀ ਹਾਂਜੀ ਬਾਕੀ ਆਇਆ ਮੇਰਾ ਡੈਡੀ ਵੀਰੇ ਮੈਨੂੰ ਸਪੋਰਟ ਕਰਦਾ ਪੂਰੀ ਕਰਦੇ ਸਪੋਰਟ ਜ਼ਰੂਰੀ ਪੂਰੀ ਆ ਹਾਂਜੀ ਉਹਨਾਂ ਨੂੰ ਪਤਾ ਵੀ ਕੰਮ ਵੀ ਨਹੀਂ ਕਰਨਾ ਵਾ ਵੀ ਚਲੋ ਸ਼ੌਂਕ ਆ ਚਲੋ ਕੋਈ ਗੱਲ ਨਹੀਂ ਨਸ਼ੇ ਪੱਤੇ ਤੋਂ ਬਚਿਆ ਵੀ ਚਲੋ ਆਪਦਾ ਸ਼ੌਂਕ ਪੂਰਾ ਕਰੀ ਜਾਂਦਾ ਵਾ ਹਾਂਜੀ ਹਾਂਜੀ ਬਿਲਕੁਲ ਬਾਈ ਤੇ ਬਹੁਤ ਵਧੀਆ ਲੱਗਾ ਬਾਈ ਤੇਰੇ ਨਾਲ ਗੱਲਬਾਤ ਕਰਕੇ ਹਾਂਜੀ ਵੀਰੇ ਤੁਹਾਡਾ ਬਹੁਤ ਤੁਸੀਂ ਪਹੁੰਚੇ ਇੱਥੇ ਵੀਰੇ ਤੇ ਦੋਸਤੋ ਵੀਡੀਓ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਜੀ ਇਹੋ ਜਿਹੀਆਂ ਵੀਡੀਓ ਆਪਾਂ ਹੋਰ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਅੱਜ ਦੇ ਟਰੈਕਟਰ ਦੀ ਵੀਡੀਓ ਜਿਹੜਾ ਬਣਾਉਣ ਦਾ ਮਤਲਬ ਸੀਗਾ ਮੰਤਵ ਸੀ ਮੋਡੀਫਾਈ ਟਰੈਕਟਰ ਬਾਈ ਨੇ ਬੁਲਾਇਆ ਤੇ ਜਦੋਂ ਮੈਂ ਇਹਦੇ ਵਿੱਚ ਦੇਖਿਆ ਨਾ ਵੀ ਆ ਪ੍ਰੋਜੈਕਟ ਲੱਗੇ ਹੋਏ ਜਿਵੇਂ ਹਵਾ ਵਾਲੇ ਲੱਗੇ ਹੋਏ ਆ ਜਾਂ 745 ਆ ਇਹਦੇ ਕਰਕੇ ਮੈਂ ਚਲੋ ਤੁਹਾਡਾ ਥੋੜ੍ਹਾ ਜਿਹਾ ਤੁਹਾਨੂੰ ਵੱਖਰੀ ਚੀਜ਼ ਇੱਕ ਦਿਖਾਈ ਜਾਵੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਚਲੋ।